ਔਰ ਜੀ ਇਹ ਹਲੇ ਜਿਹੜੇ ਅਸੀਂ ਲੈਣ ਦੇ ਨੇ ਦੋ ਉਲਾਰੇ ਜਿਹੜੇ ਨਾ ਇਹਨਾਂ ਗੱਦਿਆਂ ਦੇ ਕਿਉਂ ਜੀ ਕਹੀ ਜਾਂਦੇ ਲੇਕਿਨ ਇਹ ਵੀ 200 ਦੀ ਮਿਲ ਗਈ 50-50 ਰੁਪਏ ਨਾਲ ਜੂਜੇ ਰਾਇਤ ਹੋ ਗਏ ਦੋਵਾਂ ਗੱਦਿਆਂ ਦੇ ਜਿਹੜੇ ਨੇ ਆ ਗਏ ਆ ਹਾਂ ਨਹੀਂ ਨਹੀਂ ਬੜੀ ਸੋਹਣੀ ਲੱਗਣਗੇ ਔਰ ਜੀ ਇਹ ਵਾਲੀ ਸੋਧ ਜਿਹੜੀ ਨੇ ਇੱਕ ਸਾਡੀ ਜਿਹੜੀ ਨੇ ਸਿਲਾਈ ਹੋ ਰਹੀ ਆ ਨਾਲ ਵਾਲ ਸਿੱਖੋ ਨਾ ਤੁਸੀਂ ਵੀ ਹੁਣ ਔਰ ਜੀ ਬੇਗਮ ਸਾਹਿਬ ਨਾਲ ਜਿਹੜੇ ਨਾ ਆ ਲੱਤਾਂ ਦਾ ਜਿਹੜਾ ਗੱਦਾ ਉਹ ਜਿਹੜੇ ਨਾ ਸੀ ਰਹੇ ਨੇ ਮਤਲਬ ਕਿ ਜਿਹੜੇ ਨਾ ਇੱਧਰ ਡਾਮਣਾ ਵਾਲੀ ਸਾਈਡ ਵੱਲ ਪੈਂਦਾ ਇਹ ਛੋਟਾ ਜਿਹਾ ਹੁੰਦਾ ਹਾਫ ਹਾਂਜੀ ਤੇ ਇੱਥੇ ਜਿਹੜੇ ਨਾ ਪਿੰਡ ਪਹੁੰਚ ਗਏ ਸੀ ਬਾਕੀ ਸਿਲਾਈ ਦੇ ਉੱਤੇ ਔਰ ਸੂਟ ਜਿਹੜਾ ਨਾ ਬੇਗਮ ਸਾਹਿਬ ਦਾ ਸੀਨ ਵਾਲਾ ਸੀ ਉਹ ਜਿਹੜਾ ਨਾ ਮਿਲ ਗਿਆ ਤੇ ਇਨਸ਼ਾਅੱਲਾ ਜਿਹੜਾ ਚੱਲਿਆ ਕਰੇ ਬਾਕੀ ਹਾਂਜੀ ਤੇ ਚਾਵਲ ਜਿਹੜੇ ਨਾ ਮਾਸ਼ਾਅੱਲਾ ਹੁਣ ਜਿਹੜੇ ਨਾ ਅਸੀਂ ਪਾਉਣ ਲੱਗੇ ਆ ਹਾਂ 15-20 ਮਿੰਟਾਂ ਤੱਕ ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ ਅਸਲਾਮ ਅਲੈਕੁਮ ਦੁਆ ਕਰਨਾ ਮੈਂ ਤਮਾਮ ਬੈਂਡ ਜਿਹੜੇ ਜਿੱਥੇ ਰਹੇ ਖੁਸ਼ ਨੇ ਬਾਦ ਰਹੇ ਤੇ ਮੇਸ਼ਾ ਸਤੇ ਮੁਸਕਰਾਉਂਦੇ ਰਹੇ ਅਲਹਮਦੁਲਿਲਾ ਮੈਂ ਬਿਲਕੁਲ ਠੀਕ ਠਾਕ ਆ ਔਰ ਜੀ ਬੇਗਮ ਸਾਹਿਬ ਜੀ ਸੋਤਾਂ ਦੇ ਉਲਾਰੇ ਜਿਹੜੇ ਲਾ ਰਹੇ ਸੋਤਾਂ ਜਿਹੜੇ ਅਸੀਂ ਬਰਾ ਕੇ ਅੱਜ ਨਾ ਆ ਗਿਆ ਫਾਈਨਲੀ ਬੇਗਮ ਸਾਹਿਬ ਦੀ ਅੰਮੀ ਨੇ ਸੋਤਾਂ ਸਿਲਾਈ ਕਰਨੀਆਂ ਸ਼ੁਰੂ ਕਰਤੀਆਂ ਨੇ ਰਹਿਮਾਨ ਰਹੀਮ ਅਸਲਾਮ ਅਲੈਕੁਮ ਤੇ ਮੈਂ ਜਿਹੜੀਆਂ ਸੋਤਾਂ ਜਿਹੜੀਆਂ ਹਾਲੇ ਥੋੜੀਆਂ ਥੋੜੀਆਂ ਸਿਲੀਆਂ ਨੇ ਕੱਪੜੇ ਮੈਂ ਜਿਹੜੇ ਲਾ ਕੇ ਮੈਂ ਸੁੱਕਣੇ ਪਾ ਲੈਣੀਆਂ ਗਿੱਲੇ ਨਾਲ ਤੇ ਹਾਂ ਇਹ ਸਿੰਨੀ ਇਹ ਸੁੱਕਣੇ ਪਈ ਰਹੇ ਹਾਂ ਜਿਹੜੇ ਕੱਪੜੇ ਸੁੱਕ ਸੁੱਕ ਨੇ ਉਹ ਲਾ ਕੇ ਅੰਦਰ ਰੱਖ ਲੈਣੀਆਂ ਤੇ ਫਿਰ ਜਿਹੜਾ ਚਾਰੀ ਜਿਹੜੀ ਕਰਨੀ ਰੋਟੀ ਪਾ ਲਾਂਗੇ ਹਾਂ ਲੇਟ ਨਾ ਹੋ ਜਾਵੇ ਠੀਕ ਹੈ ਨਾ ਅੰਮੀ ਤੇ ਜਿਹੜੀ ਸੋਤਾ ਸੀ ਰਹੀ ਹੈ ਹਾਂ ਪਹਿਲੀ ਸੋਚ ਜੇ ਕਿ ਨੋ ਸੀ ਰਹੇ ਨੇ ਔਰ ਇੱਕ ਦੋ ਉਲਾਰੇ ਜਿਹੜੇ ਨਾ ਸਿਵਾਵਾਂ ਨਾਲੇ ਨੂੰ ਉਧਰ ਜਿਹੜਾ ਦੇ ਆਨੇ ਬੇਗਮ ਸਾਹਿਬਾ ਦੀ ਸਿਸਟਰ ਨਾਲ ਉਹ ਜਿਹੜੇ ਨਾ ਸੀਖ ਦੇਵਣਗੇ ਫਾਈਨਲੀ ਅੱਜ ਸਵੇਰ ਦੇ ਵਿੱਚ ਜਿਹੜਾ ਸਾਡਾ ਸੋਤਾਂ ਵਾਲਾ ਕੰਮ ਜਿਹੜਾ ਨਾ ਖਤਮ ਹੋ ਜਾਵੇਗਾ ਹਾਂ ਸਭ ਲੋਕਾਂ ਸਾਨੂੰ 2 ਸਾਲ ਟੈਨਸ਼ਨ ਕੋਈ ਨਹੀਂ ਸੋਤਾਂ ਬਰਾਵਣ ਦੀ ਹਾਂ ਇਹ ਲੈ ਜਿਹੜੇ ਨਾ ਬੇਗਮ ਸਾਹਿਬਾ ਦੇ ਜਹਿਜ਼ ਦੇ ਸਮਾਨ ਦੀ ਸੋਤ ਆ ਚਲੋ ਸਹੀ ਹੈ ਅੱਛਾ ਤੁਸੀਂ ਜਿਹੜੇ ਨਾ ਰੋਟੀ ਸੈਲਾਂ ਤਾਂ ਕਰ ਲਓ ਬਲਕਿ ਉਹਦੇ ਪਹਿਲੇ ਸਿਲਾਇਣ ਦਿੱਤੀ ਨਾ ਯੂ ਲਾਰੇ ਉਦੋਂ ਆਣ ਕੇ ਜਿਹੜੇ ਨਾ ਪਕਾ ਲਿਆ ਚਾਵਲ ਹੀ ਅੱਜ ਬਣਾਵਾਂਗੇ ਆ ਠੀਕ ਹੈ ਨਾ ਹਾਂ ਚਾਵਲ ਜਿਹੜੇ ਨਾ ਉਹ ਬਣਾ ਲੈਣੇ ਠੀਕ ਹੋ ਗਿਆ ਚਾਵਲ ਜਿਹੜੇ ਨਾ ਅੱਜ ਉਹ ਬਣਾ ਲੈਂਦੇ ਹਾਂ ਹਾਂ ਆ ਇਹਨਾਂ ਮੁੰਗਰ ਸਾਰਿਆਂ ਨੂੰ ਪਹਿਲੇ ਜਿਹੜੇ ਨਾ ਮਾਰ ਲਈ ਉਧਰੋਂ ਆਣ ਕੇ ਮਾਰ ਲਈ ਅੱਛਾ ਰੋਟੀ ਨੂੰ ਮਾਨ ਨੂੰ ਦੇ ਦੇ ਮੈਂ ਕਪੜਾ ਵੇਖ ਲਾ ਸੁਬਾ ਨੂੰ ਧੋਗ ਨਹੀਂ ਚਲੋ ਸੁੱਕੇ ਪਿਆ ਨਾ ਮੰਮੀ ਕੋਲ ਤਾਂ ਧੋਪਣੇ ਕੋ ਨਹੀਂ ਆ ਚਲੋ ਸਹੀ ਤੇ ਹੁਣ ਜਿਹੜਾ ਨਾ ਆਪਾਂ ਤਾਰ ਦਾ ਰੁੱਖ ਵੀ ਇਹੀ ਸਾਥ ਕਰੀਏ ਤਾਂ ਕਿ ਜਿਹੜਾ ਬੂਟਿਆਂ ਦੇ ਉੱਪਰ ਜਿਹੜਾ ਨਾ ਸਾਇਆ ਵਗੈਰਾ ਜਿਹੜਾ ਨੇ ਨਾ ਆਵੇ ਬੂਟੇ ਰੁੱਕ ਨਾ ਜਾਣ ਉਹ ਉੱਥੋਂ ਜਿਹੜਾ ਤਾਰ ਦਾ ਕਨੈਕਸ਼ਨ ਨਹੀਂ ਲਾ ਲੈਣਾ ਇੱਥੇ ਜਿਹੜਾ ਕੋਈ ਬਾਂਸ ਵਗੈਰਾ ਜਾਂ ਕੋਈ ਹਿਸਾਬ ਕਿਤਾਬ ਲਾ ਲੈਣਾ ਹੋ ਜਾ ਠੀਕ ਹੈ ਨਾ ਨਹੀਂ ਦਵਾਈ ਲਈ ਕੋਈ ਠੀਕ ਆ ਅੱਗੇ ਤੇ ਮੇਰੀ ਅੱਖੀ ਚ ਪਾਣੀ ਆਉਂਦਾ ਪਿਆ ਚਲੋ ਕਿਉਂਕਿ ਰੂੰਝ ਨਾ ਫੱਕਾ ਰੋਂਦੀ ਅੱਜ ਇੰਨੀ ਕੁ ਪਈ ਮੈਂ ਨਿੱਛਾਂ ਜਿਹੜੀਆਂ ਨੇ ਨਜ਼ਲਾ ਜ਼ੁਕਾਮ ਸਮਝ ਲਓ ਕਿ ਹੋ ਗਿਆ ਘੰਟੇ ਦੇ ਅੰਦਰ ਅੰਦਰ ਇਤਨੀ ਇੱਕ ਉੱਥੇ ਜਿਹੜੀ ਨਾ ਫੱਕਰ ਜਿਹੜੀ ਨਾ ਉੱਡਦੀ ਰਹੀ ਉਹ ਰੂੰਡਦੀ ਬਹੁਤ ਰਹੀ ਤੂੰ ਸਾਰੇ ਬਹਿਣ ਬਈ ਵਲਾਗ ਵੇਖਿਆ ਹੋਣਾ ਬਹੁਤ ਜ਼ਿਆਦਾ ਰੂੰਡਦੀ ਰਹੀ ਤੇਰੀ ਹਾਲਤ ਬਹੁਤ ਜ਼ਿਆਦਾ ਬੇਗਮ ਦੀ ਹਾਲਤ ਬਹੁਤ ਜ਼ਿਆਦਾ ਜਿਹੜੀ ਨਾ ਖਰਾਬ ਹੋ ਗਈ ਹੈ ਔਰ ਜੀ ਇਹ ਹਲੇ ਜਿਹੜੇ ਨਾ ਅਸੀਂ ਲੈਂਦੇ ਨੇ ਦੋ ਉਲਾਰੇ ਜਿਹੜੇ ਨਾ ਇਹਨਾਂ ਗੱਦਿਆਂ ਦੇ ਕਿਉਂਕਿ ਇਹ ਹਲੇ ਜਿਹੜੇ ਬਹੁਤ ਹੀ ਜ਼ਿਆਦਾ ਜਿਹੜੇ ਨਾ ਪੁਰਾਣੇ ਹੋ ਗਏ ਨੇ ਇਸ ਵਜ੍ਹਾ ਤੋਂ ਜਿਹੜੇ ਹਲੇ ਲੈਂਦੇ ਨੇ ਇਹ ਵੀ ਰਹੇਗਾ ਅਦਲੇ ਅਦਾਲਤ ਬਿਲਕੁਲ ਹਾਲ ਕੋਈ ਨਾ ਰਿਹਾ ਜਿਹੜੇ ਨਾ ਬਰਾਣਾ ਵੀ ਅਸੀਂ ਜਿਹੜੇ ਨਾ ਭੁੱਲ ਗਏ ਹਾਂ ਕੱਢ ਕੇ ਰੱਖਿਆ ਸੀ ਬਰਾਣਾ ਵੀ ਜਿਹੜੇ ਨਾ ਭੁੱਲ ਗਏ ਸਾਨੂੰ ਇਹ ਸਸਤੇ ਮਿਲ ਗਏ ਨੇ ਹਾਲੀ ਇਹ ਖੁਆਇਸ਼ ਜਿਹੜੀ ਨਾ ਬੇਗਮ ਸਾਹਿਬ ਉਹਨਾਂ ਦੀ ਰਹਿ ਗਈ ਹੈ ਸੋਤਾਂ ਦੇ ਕਹਿੰਦੇ ਆ ਨਵੇਂ ਉਲਾਰੇ ਜਿਹੜੇ ਨਾ ਮਿਲ ਜਾਂਦੇ ਨੇ ਲੇਕਿਨ ਇਨਸ਼ਾਅੱਲਾ ਅਗਲੇ ਸਾਲ ਤੱਕ ਤੁਹਾਨੂੰ ਲਾਇਆ ਦੇਵਾਂਗਾ ਹੁਣ ਨਹੀਂ ਆਖਣਾ ਗੱਦਿਆਂ ਦੇ ਦੋ ਉਲਾਰੇ ਆ ਗਏ ਨੇ ਔਰ ਇਹ ਸਾਨੂੰ ਚੋਣ ਰਹਿਤ ਜਿਹੜੇ ਨਾ ਮਿਲ ਗਏ ਨੇ ਬਾਈ ਹੋਰੀ ਮੰਗਿਆ ਤੈਂਦਾ ਸੀ ਇੱਕ ਇੱਕ ਉਲਾਰੇ ਦਾ ਜਿਹੜਾ 700 ਰੁਪਇਆ ਲੇਕਿਨ ਸਾਨੂੰ ਜਿਹੜਾ ਨਾ 1200 ਦਾ ਜੋੜਾ ਮਿਲ ਗਿਆ ਤਾਂ ਔਰ ਇਹ ਵਾਲੀ ਜਿਹੜੀ ਨਾ 250-250 ਰੁਪਏ ਦੀ ਇਹਨਾਂ ਨਾਲ ਅਸੀਂ ਜਾਫ ਜੀ ਕਹੀ ਜਾਂਦੇ ਲੇਕਿਨ ਇਹ ਵੀ 200-200 ਦੀ ਮਿਲ ਗਈ 50-50 ਰੁਪਏ ਨਾਲ ਜੂਜੇ ਰਹਿਤ ਹੋ ਗਏ ਦੋਵਾਂ ਗੱਦਿਆਂ ਦੇ ਜਿਹੜੇ ਆ ਗਏ ਆ ਹਾਂ ਨਹੀਂ ਨਹੀਂ ਬੜੀ ਸੋਹਣੀ ਲੱਗਣਗੇ ਹਾਂ ਔਰ ਉਲਾਰੇ ਵੀ ਜੇ ਸਾਡੇ ਜਿਹੜੇ ਨੇ ਨਾ ਗੱਦਿਆਂ ਦੇ ਉਲਾਰਿਆਂ ਵਾਂਗ ਜਿਹੜੇ ਨਾ ਪਹਿਲੇ ਵਾਲੀ ਸੋਤਾਂ ਦੇ ਜਿਹੜੇ ਨਾ ਬਹੁਤ ਪੁਰਾਣੇ ਹੋ ਗਏ ਨੇ ਲੇਕਿਨ ਉਹ ਮਹਿੰਗੇ ਬਹੁਤ ਨੇ ਕੋਈ 8000 ਕੋਈ 10000 ਕੋਈ 7000 ਜੋੜਾ ਇਸੇ ਵਾਂਗ ਜਿਹੜੇ ਨਾ ਮੁਫਤਲਿਫ ਨੇ ਬਹੁਤ ਜ਼ਿਆਦਾ ਮਹਿੰਗੇ ਨੇ ਸਾਦਾ ਕੱਪੜਾ ਲੈ ਕੇ ਨਾ ਸਾਦਾ ਕੱਪੜਾ ਉਹ ਵੀ ਪਰ ਸਿਲਾਈ ਕਰਵਾ ਕੇ ਉੱਥੇ ਗੱਲ ਜਾ ਪੈਂਦੀ ਆ ਚਲੋ ਬਾਕੀ ਇਹ ਤਾਂ ਹੁਣ ਦੋ ਨਵੇਂ ਹੋ ਗਏ ਨਾ ਸੋਤਾਂ ਦੇ ਉਲਾਰੇ ਵੀ ਇਨਸ਼ਾਅੱਲਾ ਜਾਣਾ ਗਰਮੀਆਂ 'ਚ ਸਰਦੀਆਂ ਅਗਲੀਆਂ ਦੇ ਵਿੱਚ ਜਾਣਾ ਲੈ ਕੇ ਦੇਵਾਂਗਾ ਇਨਸ਼ਾਅੱਲਾ ਹਾਂ ਹਾਂ ਚਲੋ ਠੀਕ ਹੋ ਗਿਆ
ਔਰ ਇੱਕ ਸੋਤ ਜਿਹੜੀ ਸਾਡੀ ਸਿਲਾਈ ਜਿਹੜੀ ਨਾ ਹੋ ਰਹੀ ਆ ਹਾਂ ਇੱਕ ਸੋਤ ਜਿਹੜੀ ਦਾ ਉਲਾਰਾ ਸਾਨੂੰ ਲੁੱਕ ਕੇ ਆਇਆ ਸੀ सिलाई हो रही वाल सिखो ना तुसी भी हुण चलो खैर और इस तरह जी सिलाई करनी है पट्टियां भी असीं एवें सी हुण अड़ के मुड़ के जेना एवें जेना सिलाई करनी है इतनियाँ तीन तीन पालियाँ जी सिलाई हो गई बाकी सारी सोत जी सिलाई होनी है और बहुत ही मेहनत ना जी सिलाई होती तकरीबन तीन चार घंटे जो एक सोत लग जाते तीन तो चार घंटे एक सोत लग जाते हाँ हम तुम चावल बना के जाने के पहले जाना चलो ठीक हो गया हाँ क्योंकि असं भी शहर चो आने लगे जो लैन का गोश्त और जो मैं जो या सालन बना लवेंगे या चावल बना लो इतने आन के जो जेन बदलिया मैं जो अज बिरयानी जी ना वही बना लें हाँ जी तो असं जो चले हैं पिंड बेगम साहब और सिस्टर और घरे क्योंकि सारे पहले जो गद्द्या के उलारे जो दे आने सवेरे तक जो सीप जावे तो भी नाल जो सिलाई हो जाएंगे तो इंशाला पिंड पहुँच के फिर तो गल होगी निजा फातमा ने दरवाजा जो खोलता वगैरह आ जा तीन शाला चलने पिंड पहुंच के फिर तुहाडे नाल गल होगी हाँ जी तो इतने जाना पिंड पहुंच गए सी बाकी सिलाई दे देते और सूट जाना बेगम साहब का सीन वाला सी वो जाना मिल गया तो इंशाला जाना चलने घरे बाकी डिजाइन के उलारे तो उन्होंने कहे ने अपना जाना सुबह तक दे देगी और गद्दे के उलारे हाँ सुबह तक जो सू मिल जाएंगे तो इंशाला घरे पहुँच के फिर तुहाडे नाल गल होगी हाँ जी तो अलहमदुल्ला घरे जाना पहुँच के और बेगम साहब और जाना सूट बहुत ज्यादा खुश हो रही कि सिलाई हो गया क्यों लिमा सादिया है ना गल जी की आंदी निजा फातमा की आंदी नुमान किधे नुमान नुमान अली किथे आ नुमान अली किधे आ किधे आ कोट किली कोई नहीं इधे और इधर देख रही है कोट किली कोई नहीं आ और ए आला जेड़ा बेगम साहब और जेड़ा सूट जेड़ा सिलाई कराया हाँ नहीं नहीं ठीक है मुबारक उन्हें दोहरी तुम गद्द्या के उलारे भी आ गए ने सूट भी आ गए ने चलो सही है ए फ्री च इन्होंने हूँ गिफ्ट डीजे ने हाँ जी की चीज आ इधर कोई शायद कोई नहीं हाँ हाँ चल जल्दी ना चावल बना लो मौसम भी खराब है शाम हो ही खड़ोती है ठीक है ना रजाई आज मेरे वाली तो जी सीप जानी है नाल नाल हेल्प कराई रखो तुसे भी जाना कोई नहीं आपा केड़ा बेचनी है ना कोई डिंगी सिलाई भी होगी तो खैर है कोई डिंगी सिलाई भी होगी ना खैर है और जी बेगम साहब नाल जाना आ लत्तां ला जेड़ा गद्दा वो जेड़ा सी रहे ने मतलब कि जेड़ा इधर डामणा वाली साइड वाल पैंदा ये छोटा जे हुंदा हाफ भी कोई मेहमान आ जावे सिरां दी सिराणा रख के वाला जेड़ा गद्दा रखता हाँ अच्छा मैं हुण चल के तंदूरां नूं वंगर मार लवां रह गए ने फिर ये याद रह जाने ने शाम तक ते सवेरे तक करे फिर बेकार हो जाने हाँ इन्हां नूं वंगर जेड़े ने मार ले हाँ चलो ठीक है ये छोटा गद्दा तुसी सिलाई कर लेसो हाँ चलो हाँ नहीं उन्दे कवाल सीख लो ना छेती हो जाए सुनो हाँ आप सी लें हाँ चलो ठीक है चलो अज दुकान छुट्टी आई अज
ਇਹਨਾਂ ਸੋਤਾਂ ਤੋਂ ਵੀ ਚੁਣ ਛੁੱਟੀ ਸੋਤਾਂ ਦਾ ਜੀ ਇਹਨਾਂ ਬਹੁਤ ਜ਼ਿਆਦਾ ਟੈਨਸ਼ਨ ਆਈ ਮੈਨੂੰ ਮਿਹਨਤ ਕਰਦੇ ਆਉਂਦੇ ਹਾਂ ਸਰਦੀਆਂ ਆ ਗਈਆਂ ਸੋਤਾਂ ਬਰਾਣ ਵਾਲੀਆਂ ਸੋਤਾਂ ਆਪਾਂ ਕਦੋਂ ਬਰਾਣੀਆਂ ਨੇ ਹਾਲੇ ਤੱਕ ਜਿਹੜਾ ਨਾ ਅਸੀਂ ਮੈਂ ਗਾਡਾਂ ਨੂੰ ਪਾਣੀ ਵਗੈਰਾ ਦੇਣਾ ਤਕਰੀਬਨ ਹਫ਼ਤੇ ਨਾਲੋਂ ਜ਼ਿਆਦਾ ਜਿਹੜਾ ਟਾਈਮ ਹੋ ਗਿਆ ਪਾਣੀ ਇਹਨਾਂ ਨੂੰ ਕੌਣ ਦਿੱਤਾ ਕਿਉਂਕਿ ਸਰਦੀਆਂ ਨੇ ਹੁਣ ਖੁਸ਼ਕ ਜਲਦੀ ਨਹੀਂ ਹੁੰਦੇ ਇਹਦਾ ਥੋੜ੍ਹਾ ਜਿਹਾ ਮੂੰਗਾ ਜਿਹਾ ਸੁੱਕਿਆ ਛੋਟੀ ਤੰਦੂਰੀ ਦਾ ਵੱਡੀ ਤਾਂ ਬਿਲਕੁਲ ਠੀਕ ਹੈ ਉਂਗਲਾਂ ਵੀ ਦਰਦ ਕਰਦੀ ਮੰਡ ਕੇ ਮਿਲਾਉਣਾ ਪੈਂਦਾ ਨਰਮ ਰਹੀ ਨਹੀਂ ਹਾਰਡ ਹੋ ਗਈ ਆ ਆ ਗਈ ਮੈਂ ਤੈਨੂੰ ਯਾਦ ਕਰਦਾ ਪਿਆ ਸੀ ਹਾਲੇ ਤੱਕ ਆਈ ਕਿਉਂ ਨਹੀਂ ਆ ਗਈ ਨਹੀਂ ਆਈ ਹਾਲੇ ਲਿਆਂਦੀ ਹਾਲੇ ਕੋਈ ਨਹੀਂ ਆਈਆਂ ਠਹਿਰ ਕੇ ਆਵਣਾ ਆ ਜਾ ਹਾਂਜੀ ਅਤੇ ਮੂੰਗਾ ਜਿਹੜਾ ਵਗ ਗਿਆ ਔਰ ਬੇਗਮ ਸਾਹਿਬ ਔਰ ਜਿਹੜਾ ਮਸਾਲਾ ਜਿਹੜਾ ਉਹ ਜਿਹੜਾ ਬਣਾ ਰਹੇ ਨੇ ਦਣੀਆਂ ਜਿਹੜਾ ਮੈਂ ਕੋਈ ਲੈਣ ਦਾ ਮੈਂ ਕਿ ਸਾਡਾ ਆਪਣਾ ਦਣੀਆਂ ਜਿਹੜਾ ਹੋ ਗਿਆ ਉੱਪਰੋਂ ਉੱਪਰੋਂ ਜਿਹੜਾ ਕੈਂਚੀ ਲੈ ਕੇ ਜਿਹੜਾ ਕੱਟ ਲਉਣ ਦੇਣਾ ਠੀਕ ਹੋ ਗਿਆ ਨਾ ਹਾਂ ਕਿਉਂਕਿ ਤੂੰ ਫਰੈਸ਼ ਕਿਉਂਕਿ ਦਣੀਆਂ ਮਾਸ਼ਾਅੱਲਾ ਜਿਹੜਾ ਸਾਡਾ ਹੋ ਗਿਆ ਹੁਣ ਮਤਲਬ ਕਿ ਸਾਲਾਂ ਦੇ ਇਸਤੇਮਾਲ ਦਾ ਇਸ ਕਰਕੇ ਜਿਹੜਾ ਪਾ ਲੈਂਦੇ ਉੱਪਰੋਂ ਉੱਪਰੋਂ ਕੱਟ ਲਓ ਤਾਂ ਕਹਿੰਦੇ ਥੱਲੋਂ ਮੁੱਢ ਵੀ ਮਜ਼ਬੂਤ ਹੋਣਗੀਆਂ ਠੀਕ ਹੈ ਨਾ ਐਵੇਂ ਕਿਉਂਕਿ ਜਿਵੇਂ ਉੱਪਰੋਂ ਵਡੀਂਦਾ ਰਹੇਗਾ ਫਿਰ ਜਿਹੜਾ ਜ਼ਿਆਦਾ ਹੋਵੇਗਾ ਹੈ ਉਹ ਰੱਥਾਂ ਨਾਲ ਜਿਹੜਾ ਨਹੀਂ ਵੱਡਿਆ ਮੈਂ ਆਖਿਆ ਜਿਹੜਾ ਨਾ ਹਾਲੇ ਤੱਕ ਇਹਦੀ ਜਿਹੜਾ ਜਿਹੜੀ ਨਾ ਕਮਜ਼ੋਰ ਮੁੱਢੋਂ ਨਾ ਚਕੀ ਆਵਣੇ ਇਸ ਕਰਕੇ ਕੈਂਚੀ ਨਾ ਮੈਂ ਇਹਨਾਂ ਨੂੰ ਆਖਿਆ ਕੱਟ ਸਾਰੇ ਕੱਟ ਲਓ ਤੂੰ ਉੱਪਰੋਂ ਉੱਪਰੋਂ ਸਾਰਾ ਕੱਟ ਲਓ ਆਪਣੇ ਜਿਸ ਟਾਈਮ ਉਹਦੇ ਧਣੀਆਂ ਹੋ ਗਿਆ ਨਾ ਫਿਰ ਆਪਣੇ ਕੋਲ ਨਹੀਂ ਮੁੱਕਦਾ ਹੁਣ ਇੱਕ ਟਾਈਮ ਤਾਂ ਸਾਲਣ ਦਾ ਜਿਹੜਾ ਨਾ ਬਣ ਔਰ ਮਾਸ਼ਾਅੱਲਾ ਕਿਤਨਾ ਪਿਆਰਾ ਧਣੀਆਂ ਅੱਛਾ ਖੁਸ਼ਬੂ ਕਿਤਨੀ ਪਿਆਰੀ ਔਰ ਫਰੈਸ਼ ਧਣੀਆਂ ਕਿਆ ਬਾਤ ਹੈ ਚੱਲ ਬਸ ਕਰ ਦੇ ਹੁਣ ਫਿਰ ਹੋ ਜਾਵਣਗੇ ਉਵੇਂ ਹਾਂ ਹੈਲੋ ਬੜਾ ਪਿਆਰਾ ਔਰ ਹਾਲੇ ਤੱਕ ਉੱਧਰ ਜਿਹੜਾ ਸਾਡਾ ਬੀਜੇ ਹੋਇਆ ਦਣੀਆਂ ਉਹ ਹਾਲੇ ਤੱਕ ਜਿਹੜਾ ਹੋਇਆ ਕੋਈ ਨਹੀਂ ਉਹ ਫੁੱਟ ਤਾਂ ਗਿਆ ਲੇਕਿਨ ਹਾਲੇ ਤੱਕ ਸਾਲਣ ਦੇ ਕਾਬਿਲ ਨਹੀਂ ਹੋਇਆ ਛੋਟੇ ਛੋਟੇ ਪੀਸ ਜਿਹੜੇ ਨੇ ਉਹ ਵਾਲੇ ਜਿਹੜੇ ਨਾ ਫੁੱਟੇ ਖੜੇ ਨੇ ਸਾਲਣ ਦੇ ਹਾਲੇ ਤੱਕ ਕਾਬਿਲ ਨਹੀਂ ਹੋਇਆ ਇਹ ਹਾਲ ਹੈ ਜਿਹੜਾ ਦਣੀਆਂ ਸਾਡਾ ਹੋਇਆ ਖੜਾ ਔਰ ਇਹ ਹਾਲੇ ਤੀਕਰ ਸਾਲਣ ਦੇ ਕਾਬਿਲ ਬਿਲਕੁਲ ਕੋਈ ਨਾ ਔਰ ਇਹਦੇ ਜਿਹੜੀ ਨਾ ਹੋਈ ਖੜੀ ਹੈ ਸਾਡੀ ਪਾਲਕ ਕਿਆ ਬਾਤ ਹੈ ਔਰ ਸਾਰੀਆਂ ਚੀਜ਼ਾਂ ਇਨਸ਼ਾਅੱਲਾ ਜਿਹੜੀਆਂ ਹੋ ਰਹੀਆਂ ਨੇ ਸ਼ਲਜਮ ਦਾ ਇੱਕ ਦਿਨ ਸਾਲਣ ਬਣਾਵਾਂਗੇ ਜਦੋਂ ਸ਼ਲਜਮ ਸਾਡੇ ਜਿਹੜੇ ਨਾ ਕਾਮਯਾਬ ਹੋ ਗਏ ਔਰ ਗੋਸ਼ ਸਾਡਾ ਤਿਆਰ ਹੋ ਗਿਆ ਕਿਉਂਕਿ ਬਲੇਲਰ ਨਾਲ ਜਿਹੜਾ ਨਾ 100 ਰੁਪਏ ਜਿਹੜਾ ਹੈਗਾ ਨਾ ਮਹਿੰਗਾ ਸੀ ਬਸ ਔਰ ਅੱਜ ਅਸੀਂ ਸਮਝ ਲਓ ਕਿ ਬੜੇ ਦਿਨਾਂ ਬਾਅਦ ਜਿਹੜਾ ਨਾ ਕੱਟੇ ਦਾ ਗੋਸ਼ ਜਿਹੜਾ ਨਾ ਲੈ ਕੇ ਆਇਆ ਕੁਰਬਾਨੀ ਦੇ ਪਿੱਛੇ 1-2 ਦਫ਼ਾ ਜਿਹੜਾ ਲੈਣ ਦਾ 1 ਦਫ਼ਾ ਲੈਣ ਦਾ ਹਾਂ ਨਹੀਂ ਤਾਂ ਕਦੀ ਫਿਰ ਜਿਹੜਾ ਚਾਵਲ ਅਸੀਂ ਬਣਾ ਵੀ ਨਾ ਅਤੇ ਦੂਸਰਾ ਮੁਰਗੀ ਦਾ ਗੋਸ਼ ਲੈ ਆਉਂਦੇ ਹਾਂ ਅੱਜ ਕਾਫੀ ਦਿਨਾਂ ਬਾਅਦ ਜਿਹੜਾ ਨੇ ਲੈਣ ਦਾ ਔਰ ਇਹ ਪਹਿਲੇ ਜਿਹੜਾ ਨਾ ਉੱਧਰ ਸਿਲਾਈ ਕਰਨ ਗਏ ਸੀ ਗੋਸ਼ ਜਿਹੜਾ ਉੱਪਰ ਉਬਲਣੇ ਰੱਖ ਕੇ ਗਏ ਸੀ ਮੈਂ ਕਿ ਅੱਛੀ ਤਰੀਕੇ ਉਬਲ ਜਾਵੇਗਾ ਨਾ ਫਿਰ ਆਣ ਕੇ ਜਿਹੜਾ ਨਾ ਕਿਉਂਕਿ ਪਹਿਲਾਂ ਇਹਦਾ ਅਗਰ ਬੋਨੀ ਨੂੰ ਲਾ ਲਵੀ ਤਾਂ ਝੀੜਾ ਜਿਹਾ ਬਣ ਜਾਂਦਾ ਹਾਂ ਆਹ ਪਾਣੀ ਵੀ ਜਿਹੜਾ ਵੀ ਇਹ ਸੂਪ ਜਿਹਾ ਵੀ ਰੱਖ ਲਓ ਇਹ ਵਿੱਚ ਇਹਦਾ ਜ਼ੈਕਾ ਹੁੰਦਾ ਵਿੱਚੋਂ ਰੱਖ ਲਾ ਆਪਣਾ ਜਿਹੜਾ ਪਾਈਆ ਰੱਖ ਲਾ ਪਾਈਆ ਡੇਢ ਪਾਈਆ ਰੱਖ ਲਾ ਵੀ ਸਵੇਰੇ ਹੁੰਦਾ ਸਾਲਣ ਬਣਾ ਲਵਾਂਗੇ ਠੀਕ ਹੈ ਨਾ ਹਾਂ
ਉਹ ਜੇ ਸਿਲਵਰ ਦਾ ਆਪਣਾ ਬਰਫ ਵਾਲਾ ਕੌਲਾ ਉਹਦੇ ਵਿੱਚ ਪਾ ਕੇ ਰੱਖ ਦੇ, ਠੀਕ ਹੈ ਨਾ, ਸਵੇਰੇ ਸਾਲਣ ਹੀ ਬਣ ਜਾਵੇਗਾ। ਅੱਡੋ ਵਿੱਚ ਜਿਹੜਾ ਨਾ ਇੱਕ ਦੋ ਆਲੂ ਉੱਥੋਂ ਨਵੇਂ ਲੈ ਕੇ ਜੇ ਨਾ ਪਾ ਲਵਾਂਗੇ ਨਾ ਸਾਲਣ ਟੈਟ ਬਣ ਜਾਵੇਗਾ, ਸਹੀ ਨਾ। ਹਾਂ ਹਾਂਜੀ। ਔਰ ਨਿਜਾਬ ਫਾਤਮਾ ਜਿਹੜੀ ਨਾ ਪਿਆਜ਼ਾਂ ਦੇ ਛਿਲਕੇ ਜਿਹੜੇ ਨਾ ਉਤਾਰ ਕੇ ਇੱਧਰ ਸਾਈਡ 'ਤੇ ਜਿਹੜੇ ਰੱਖੀ ਜਾ ਰਹੀ ਹੈ। ਅੱਛਾ ਹੁਣ ਅੱਛੀ ਤਰੀਕੇ ਕਟਾਈ ਕਰਕੇ ਮਸਾਲੇ ਨੂੰ ਦੋ ਲਿਆ, ਠੀਕ ਹੈ ਨਾ। ਹਾਂ ਨਿਜਾਬ ਫਾਤਮਾ ਨਾ ਕਰ, ਨਾਲ ਹੀ ਇਹਨੇ ਸਾਰਾ ਕੰਮ ਜਿਹਨ ਕਰਨਾ। ਅਦਰਕ ਅਦਰਕ ਮਿਲਾ ਦੇਣਾ ਤੁਹਾਨੂੰ, ਦੌਰੀ ਲੈ ਲਵਾਂਗੇ ਕਦੇ। ਹਾਂ ਹਾਂ ਆਹ ਕੈਂਚੀ ਦੇ ਕੋਲ ਲੈ ਲਾ, ਕੈਂਚੀ ਔਰ ਲਿਆ ਕੈਂਚੀ, ਧਨੀਆ ਕੱਟ ਲਈ ਜਾ, ਉੱਧਰ ਨਾਨੀ ਆ ਦਿੰਦੇ ਆ, ਉਹ ਦਾਗੇ ਕੱਟੂ। ਔਰ ਮਸਾਲਾ ਜਿਹੜਾ ਨਾ ਬੇਗਮ ਸਾਹਿਬ ਉਹਨੇ ਜਿਹੜਾ ਬਣਾ ਲਿਆ, ਹੁਣ ਜਿਹੜਾ ਨਾ ਬੋਲੀ ਲਾ ਰਹੇ। ਚਲੋ ਕੋਈ ਗੱਲ। ਹਾਂਜੀ ਅਤੇ ਮਸਾਲਾ ਵੀ ਜਿਹੜਾ ਨਾ ਸਾਡਾ ਬੋਝ ਕੇ ਤਕਰੀਬਨ ਜਿਹੜਾ ਨਾ ਤਿਆਰ ਹੋਇਆ ਖੜਾ। ਔਰ ਅੱਜ ਮੈਂ ਬੜਾ ਖੁਸ਼ ਹਾਂ, ਇੱਕ ਤਾਂ ਜਿਹੜਾ ਨਾ ਅੱਜ ਕਾਫੀ ਦਿਨਾਂ ਬਾਅਦ ਜਿਹੜਾ ਨਾ ਕੱਟੇ ਅਤੇ ਗੋਸ਼ਤ ਦੀ ਬਿਰਿਆਨੀ ਖਾਣੀ, ਦੂਸਰਾ ਜਿਹੜਾ ਨਾ ਸੋਤਾਂ ਵਾਲਾ ਕੰਮ ਹੋ ਗਿਆ ਜੀ। ਹਾਂਜੀ ਇਹ ਕੀ ਆ? ਹਾਂ ਹਾਂਜੀ ਦੋ ਦਿਨਾਂ ਸੀਪ ਜੈਸੇ, ਦੋ ਸੁਬਹ ਸੀਪ ਜੈਸੇ, ਦੋ ਪਰਸੋਂ ਸੀਪ ਜੈਸੇ। ਨਹੀਂ ਨਹੀਂ ਉਹ ਲਿੰਬ ਲਵਾਂਗੇ ਆਪਾਂ, ਆਪ ਉਹ ਆਪਾਂ ਆਪ ਕਰ ਲਈ ਸਾਂ, ਉਹਨਾਂ ਦਾ ਵਾਲਾਂ ਦਾ ਮੈਂ ਮਾਰ ਲਵਾਂਗਾ ਗਿਣਮਾਲਾ, ਨਾਲ ਮੈਂ ਮਜ਼ਦੂਰ ਰੱਖ ਲਵਾਂਗਾ, ਗਾਰਾ ਪਕੜਾਈ ਰੱਖੇਗਾ, ਮੈਂ ਗਿਣਮਾਲਾ ਮਾਰ ਲਵਾਂਗਾ। ਨਹੀਂ ਨਹੀਂ ਤਾਂ ਪਿਆ ਨਹੀਂ ਵੀ ਛੱਤਾਂ ਦੇ ਕੋਲ ਮਾਰ ਲਈ। ਹੈ ਨਹੀਂ ਆਪਾਂ ਬਾਕੀ ਆਪ ਕਰ ਲਈ ਸਾਂ ਸਾਰਾ। ਓ ਜੀ ਜੀ ਨਹੀਂ ਉਹ ਟਰਾਲੀਆਂ ਜਿਹੜੇ ਦਿਨ ਇੱਥੇ ਆਇਆ ਪਟਰਾਲੀ ਸਟਾ ਲੈਣੀ, ਇੱਕੇ ਦਿਨ ਜਿਹੜਾ ਨਾਲ ਇੱਕ ਮਜ਼ਦੂਰ ਹੋਵੇਗਾ ਨਾ, ਹੋਰ ਅਸੀਂ ਗਾਰਾ ਬਣਾ ਲਵਾਂਗੇ, ਉਹ ਪਕੜਾਈ ਰੱਖੇਗਾ, ਛਾਤੀ ਕਰੇਗਾ, ਤੁਸੀਂ ਮੈਨੂੰ ਪਕੜਾਈ ਪਿਆ, ਗਿੜਮਾਲਾ ਮਾਰੀ ਆਵਾਂਗੇ, ਲਿੰਬ ਲਵਾਂਗੇ, ਕੋਈ ਟੈਨਸ਼ਨ ਨਹੀਂ ਹੁੰਦੀ। ਹਾਂਜੀ ਤੇ ਚਾਵਲ ਜਿਹੜੇ ਨਾ ਮਾਸ਼ਾਅੱਲਾ ਹੁਣ ਜਿਹੜੇ ਅਸੀਂ ਪਾਉਣ ਲੱਗੇ ਹਾਂ। ਹਾਂ 15-20 ਮਿੰਟਾਂ ਤੀਕਰ, ਭੁੱਖ ਲੱਗੀ ਖਲੀ ਚੌਕੀ, ਤੈਨੂੰ ਦੇਣਾ ਹੀ ਕੋਈ ਨਹੀਂ, ਹੁਣ ਕੋਈ ਨਹੀਂ ਰੋਲਾ, ਹੁਣ ਖਾ ਲਵੇ, ਕੋਈ ਮਸਲਾ ਹੀ ਕੋਈ ਨਹੀਂ। ਪਹਿਲੇ ਹੁੰਦਾ ਜ਼ਖਮ ਜਿਸ ਟਾਈਮ ਕੱਚਾ ਹੋਵੇ, ਲੇਕਿਨ ਹੁਣ ਜਿਹੜਾ ਨਾ ਉਮੇਂ ਦਾ ਗੁੱਲ ਜਾਵੇਗਾ ਛੇਤੀ। ਰੱਜ ਕੇ ਖਾਈ ਪੁੱਤਰ ਰੱਜ ਕੇ, ਖਾਣੀਆਂ ਦੋ ਚਮਚੀਆਂ ਇਹਨੇ। ਨਮਕ ਚੈੱਕ ਕਰ ਲਿਆ? ਔਰ ਜੀ ਅੱਜ ਦੇ ਵਾਲਾ ਵਲਾਗ ਵੀ ਜਿਹੜਾ ਕਰ ਰਹੇ ਇੱਥੇ ਖਤਮ, ਇਨਸ਼ਾਅੱਲਾ ਮਿਲਨੇ ਆ ਕਿਸੇ ਨੈਕਸਟ ਸੱਚੇ ਤੁੱਚੇ ਵਲਾਗ ਦੇ ਵਿੱਚ। ਆਪਣਾ ਡੇਟ ਸਾਰਾ ਖਿਆਲ ਰੱਖਿਆ ਜੇ, ਦੁਆਵਾਂ 'ਚ ਯਾਦ ਰੱਖਿਆ ਜੇ, ਇਹਨਾਂ ਦੁਆਵਾਂ ਦੇ ਨਾਲ ਦਿਓ ਇਜਾਜ਼ਤ, ਅੱਲਾ ਹਾਫਿਜ਼।